ਸਰਕਾਰ ਤੋਂ ਘਟ ਕੀਤਾ ਉਹਦਾ ਕੀ ਵੀਰ ਪਹਿਲਾਂ ਸਭ ਤੋਂ ਪਹਿਲਾਂ ਫਿਰ ਜੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਪਹਿਲੀ ਵਾਰੀ ਆਇਆ ਅਤੇ ਮੈਂ ਨਤਮਸਤਕ ਹੁੰਦਾ ਗੁਰੂ ਸਾਹਿਬ ਨੂੰ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਅਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਝ ਜਿਹੜਾ ਆ ਉਹ ਹੁੰਦਾ ਹੈ। ਇਹ ਜਿਹੜੀ ਤੁਸੀਂ ਅੱਜ ਰੋਡ ਦਾ ਪੁੱਛ ਰਹੇ ਹੋ ਸਾਡੇ ਸਮਰਾਲਾ ਹਲਕੇ ਦੇ ਵਿੱਚ ਸਾਡੇ ਮਾਣਯੋਗ MLA ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਆਲਪੁਰਾ ਅਤੇ ਸਾਡੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਜੀ ਚੌਂਦਾ ਸਾਹਿਬ, ਇਹਨਾਂ ਦੇ ਜਦੋਂ ਤੋਂ ਸਰਕਾਰ ਬਣੀ ਆ ਇਹਨਾਂ ਦੇ ਬੜੇ ਯਤਨ ਸੀਗੇ ਕਿ ਰੋਡ ਜਿਹੜੀਆਂ ਨੇ ਖਾਸ ਤੌਰ 'ਤੇ ਇਹ ਪਵਾਤ ਬ੍ਰਿਜ ਤੋਂ ਲੈ ਕੇ ਅਤੇ ਮਾਛੀਵਾੜਾ ਤੱਕ ਅਤੇ ਉੱਧਰੋਂ ਜਿਹੜੀ ਝਾੜ ਸਾਹਿਬ ਵਾਲੀ ਰੋਡ ਆ ਬਹੁਤ ਖਸਤਾ ਹਾਲਤ ਦੇ ਵਿੱਚ ਸੀਗੀ ਔਰ ਕਾਫੀ ਲੋਕਾਂ ਨੂੰ ਮੁਸ਼ਕਲ ਆਉਂਦੀ ਸੀਗੀ। ਤੁਹਾਨੂੰ ਪਤਾ ਇਸ ਰੋਡ 'ਤੇ ਗੁਰਦੁਆਰਾ ਸ਼੍ਰੀ ਚਰਨ ਕੌਲ ਸਾਹਿਬ ਵੀ ਸਥਿਤ ਆ, ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਹੈ ਇੱਥੇ ਦਰਸ਼ਨਾਂ ਵਾਸਤੇ ਆਉਂਦੀ ਸੀਗੀ ਔਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਸੋ ਅਸੀਂ ਇਹ ਜਿਹੜੀ ਰੋਡ ਆ ਇਹਨੂੰ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਅਸੀਂ ਜਿਹੜੀਆਂ ਰੋਡਸ ਨੇ ਇਹਨਾਂ ਨੂੰ ਪੂਰੀ ਸਟਰੈਂਥਨਿੰਗ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਵੇ। ਸੋ ਉਸੇ ਹੀ ਇਵਜ ਦੇ ਵਿੱਚ ਅਸੀਂ ਅੱਜ ਇਹ ਜਿਹੜੀ ਰੋਡ ਆ ਇਹਦਾ ਉਦਘਾਟਨ ਕੀਤਾ। ਲਗਭਗ 9.5 ਕਿਲੋਮੀਟਰ ਦੀ ਇਹ ਰੋਡ ਆ ਔਰ 6.5 ਕਰੋੜ ਰੁਪਇਆ ਜਿਹੜਾ ਇਹਦੇ ਉੱਤੇ ਖਰਚ ਆਉਣਾ। ਉਹ ਜਿਹੜੀ ਝਾੜ ਸਾਹਿਬ ਵਾਲੀ ਆ ਉਹ ਵੀ ਜਿਹੜੀ ਆ 12.5 ਕਿਲੋਮੀਟਰ ਦਾ ਉਹਦਾ ਏਰੀਆ ਲੈਂਥ ਆ ਅਤੇ 8.61 ਕਰੋੜ ਰੁਪਇਆ ਉਹਦੇ 'ਤੇ ਜਿਹੜਾ ਆ ਉਹ ਖਰਚਾ ਕੀਤਾ ਜਾਣਾ। ਸੋ ਅੱਜ ਅਸੀਂ ਇਹਨਾਂ ਦਾ ਉਦਘਾਟਨ ਕਰਤਾ, ਬਹੁਤ ਜਲਦ ਇਹ ਜਿਹੜੀਆਂ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ। ਇੱਕ ਮੰਤਰੀ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਅਲਾਇੰਸ ਦੇ ਚਰਚੇ ਚੱਲਦੇ ਆ, ਬੈਨੀਫਿਟ ਰਹੂਗਾ ਆਪਦੇ ਵਕਤ? ਦੇਖੋ ਇਹ ਜੋ ਵੀ ਹੈਗਾ ਆ ਜਿਸ ਤਰ੍ਹਾਂ ਵੀ ਆ ਇਹ ਸਾਡੀ ਪਾਰਟੀ ਹਾਈ ਕਮਾਂਡ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਾਂ ਜੋ ਸਾਡੀ ਹਾਈ ਕਮਾਂਡ ਆ ਉਹ ਦੇਖਣਗੇ, ਸਾਡੀ PAC ਆ ਉਹਦੇ ਵਿੱਚ ਸਾਰਾ ਕੁਝ ਦੱਸਿਆ। ਸਰ ਇਹ ਵਧੀਆ ਗੱਲ ਹੈ ਜੀ, ਬਹੁਤ ਜਿਹੜੇ ਇੱਥੋਂ ਦੇ ਲੋਕਾਂ ਨੇ ਸੰਤਾਪ ਹੰਡਾਇਆ ਸੜਕਾਂ ਨੂੰ ਲੈ ਕੇ ਜੀ। ਅਤੇ ਸਰ ਤੁਹਾਨੂੰ ਵੀ ਪਤਾ ਆ ਕਿ ਹੜ੍ਹਾਂ ਦੀ ਹੁਣ 2nd ਟਾਈਮ ਪੰਜਾਬ ਮਾਰ ਦੇ ਹੇਠ ਆ, ਉਹਨਾਂ ਨੂੰ ਲੈ ਕੇ ਸਾਡੇ ਇੱਧਰ ਵੇਟ ਏਰੀਏ ਦੇ ਵਿੱਚ ਕਾਫੀ ਸੜਕਾਂ ਜਿਹੜੀਆਂ ਟੁੱਟੀਆਂ ਨੇ, ਕੀ ਉਹਨਾਂ ਦੇ ਬਾਰੇ ਵੀ ਗੌਰ ਕੀਤਾ ਜਾਊਗਾ ਜੀ? ਦੇਖੋ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੜਕਾਂ ਦਾ, ਅਸੀਂ ਉਹ ਤਾਂ ਸਰਵੇ ਕਰਵਾ ਰਹੇ ਹਾਂ, ਸਾਡੇ ਕੋਲ ਕਾਫੀ ਜਿਹੜੇ ਡਾਟੇ ਨੇ ਉਹ ਆ ਵੀ ਚੁੱਕੇ ਨੇ। ਸੋ ਅਸੀਂ ਬਹੁਤ ਜਲਦ ਉਹਨਾਂ ਦੀ ਵੀ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਥੈਂਕ ਯੂ। ਆਪ ਆਗੂ ਮੋਹਿਤ ਕੁੰਦਰਾ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਹਲਕੇ ਦੀਆਂ ਸੜਕਾਂ ਦੇ ਬੜੇ ਮਾੜੇ ਹਾਲਾਤ ਸੀਗੇ, ਅੱਜ ਮੰਤਰੀ ਸਾਹਿਬ ਖੁਦ ਆ ਕੇ ਉਦਘਾਟਨ ਕਰਨ ਲੱਗੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਜੋ ਤੁਸੀਂ ਗੱਲ ਕਹੀ ਹੈ ਬਿਲਕੁਲ, ਅੱਜ ਦਾ ਦਿਨ ਬਹੁਤ ਹੀ ਖੁਸ਼ੀ ਭਰਿਆ ਦੇਣ ਆ, ਕਿਉਂਕਿ ਆਪਣਾ ਹਲਕਾ 15 ਸਾਲਾਂ ਤੋਂ ਸੰਤਾਪ ਉਤਰਿਆ ਸੀ ਔਰ ਮੰਤਰੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਬੜਾ ਹੀ ਮੇਰੀ ਸੋਚ ਦੇ ਮੁਤਾਬਕ ਤਾਂ ਇੱਕ ਬਹੁਤ ਹੀ ਵੱਡਾ ਕੰਮ ਸੀ, ਕਿਉਂਕਿ ਜੋ ਸਾਡੇ ਸਤਿਕਾਰਯੋਗ MLA ਸਾਹਿਬ ਨੇ ਕਿਹਾ ਸੀ ਕਿ ਜੋ ਮੈਂ ਵਾਅਦੇ ਕਰ ਰਹੇ ਹਾਂ ਮੈਂ ਪੂਰੇ ਕਰਨੇ, ਤਾਂ ਉਹਨਾਂ ਨੇ ਇਸ ਰੀਤ ਨੂੰ ਕੜੀ ਨੂੰ ਅੱਗੇ ਤੋਰਦੇ ਹੋਏ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਡਿਮਾਂਡ ਜੋ ਕਿ ਅੱਜ ਤੱਕ 15 ਸਾਲਾਂ ਤੋਂ ਹਰ ਇਲੈਕਸ਼ਨ ਵਿੱਚ ਇੱਕ ਇਹੀ ਮੁੱਦਾ ਹੁੰਦਾ ਸੀ, ਸੜਕਾਂ ਬਣਨਗੀਆਂ ਔਰ ਇਹ ਸਭ ਤੋਂ ਪਹਿਲਾਂ ਸਰਕਾਰ ਨੇ ਜੋ ਕੰਮ ਕੀਤਾ ਇਹਦੇ ਲਈ ਮੇਰੇ ਕੋਲ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ। ਲੰਬੇ ਸਮੇਂ ਤੋਂ ਕਾਂਗਰਸ ਦੇ MLA ਇੱਥੋਂ ਜਿੱਤਦੇ ਹੁੰਦੇ ਸੀਗੇ, ਕੀ ਉਹਨਾਂ ਦੇ ਹਾਰਨ ਦਾ ਮੇਨ ਕਾਰਨ ਸੜਕਾਂ ਦਾ ਮੁੱਦਾ ਲੱਗਦਾ ਤੁਹਾਨੂੰ? ਮੁੱਦਾ ਸੜਕਾਂ ਦਾ ਦੇਖੋ, ਇਹ ਤਾਂ ਦੀਪਕ ਜੀ ਹਰ ਰੋਜ਼ ਤੁਸੀਂ ਵੀ ਆਪਾਂ ਲੋਕਾਂ 'ਚ ਵਿਚਰਦੇ ਰਹੇ ਹਾਂ ਕਿ ਸੜਕਾਂ ਦਾ ਮੁੱਦਾ ਵਾਕਈ ਬਹੁਤ ਵੱਡਾ ਮੁੱਦਾ ਸੀ ਔਰ ਮੈਨੂੰ ਇਹ ਲੱਗਦਾ ਕਿ MLA ਸਾਹਿਬ ਨੇ 1 ਸਾਲ ਦੀ ਲੰਬੀ ਲੜਾਈ ਲੜ ਕੇ ਔਰ ਹਰ ਰੋਜ਼ ਇਹਨਾਂ ਦੇ ਦਿਮਾਗ 'ਚ ਇੱਕੋ ਗੱਲ ਹੁੰਦੀ ਸੀ ਕਿ ਯਾਰ ਸੜਕਾਂ ਸੜਕਾਂ ਸੜਕਾਂ, ਇਹਨਾਂ ਨੇ 1 ਸਾਲ ਦਾ ਲਗਾਤਾਰ ਜੱਦੋਜਹਿਦ ਕਰਕੇ ਇਹ ਕੰਮ ਕਰਿਆ। ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਹਲਕੇ ਦੀ ਮੇਨ ਡਿਮਾਂਡ ਮੁੱਖ ਇਹੀ ਸੀ ਕਿ ਜੀ ਸੜਕਾਂ ਦਾ ਕੀ ਬਣੂਗਾ, ਸੜਕਾਂ ਕਦੋਂ ਬਣਾਉਣਾ। ਹੁਣ ਕਿੰਨਾ ਕੁ ਸਮਾਂ ਆ ਗਈ ਤਕਰੀਬਨ ਲੱਗ ਸਕਦਾ ਕਿ ਜਿਹੜਾ ਕੰਮ ਆ ਮੁਕੰਮਲ ਹੋ ਜੂਗਾ? ਇਹ ਤਾਂ ਮੇਰੇ ਖਿਆਲ ਥੋੜ੍ਹੇ ਟਾਈਮ ਦਾ ਇੱਕ ਟਾਈਮ ਬਾਉਂਡ ਕੰਮ ਆ ਔਰ ਜਦੋਂ ਕੰਮ ਸ਼ੁਰੂ ਹੋ ਜਾਂਦਾ, ਜਦੋਂ ਸਰਕਾਰ ਕੋਈ ਵੀ ਆ ਕੋਈ ਕੰਮ ਸ਼ੁਰੂ ਕਰ ਦਿੰਦੀ ਆ ਫਿਰ ਉਹਦੇ ਵਿੱਚ ਕਈ ਕਹਿੰਦੇ ਵੀ ਬਹੁਤੀ ਦੇਰ ਤਾਂ ਲੱਗਦੀ ਨਹੀਂ। ਤੁਸੀਂ ਦੇਖ ਲਓ ਆਪਣਾ ਮਾਛੀਵਾੜੇ ਵਾਲਾ ਰੋਡ ਗੜੀ ਦੇ ਪੁੱਲ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਅੱਜ ਤਕਰੀਬਨ ਕ੍ਰੋਸ ਕਰ ਚੁੱਕੇ ਆ ਔਰ ਬਹੁਤ ਥੋੜ੍ਹੇ ਟਾਈਮ 'ਚ ਕੀਤਾ, ਇੱਦਾਂ ਹੀ ਇਹਨੇ ਸਤਲੁਜ ਪੁੱਲ ਤੱਕ ਚਲ ਜਾਣਾ। ਸੋ ਮੇਰੇ ਅਨੁਸਾਰ ਬਹੁਤ ਹੀ ਜਲਦੀ ਇਹ ਕੰਮ ਹੋ ਜੂ।